ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਾਫੀ ਦੇਰ ਤੋਂ ਜੀ ਕਮੈਂਟ ਆ ਰਹੇ ਸੀ ਵੀ ਕਿਚਨ ਦਾ ਟੂਰ ਕਰਵਾਓ। ਕਿਚਨ ਦਾ ਉੱਪਰ ਵਾਲੀ ਦਾ ਕਰਵਾਤਾ ਸੀਗਾ, ਇਹ ਕਿਚਨ ਪਹਿਲਾਂ ਦੀ ਤਿਆਰ ਹੋਈ ਹੋਈ ਆ। ਥੋੜਾ ਬਹੁਤਾ ਫਰਕ ਹੈਗਾ ਵਿੱਚ, ਕਿਉਂਕਿ ਹੁਣ ਵਾਲੀ ਜ਼ਿਆਦਾ ਮਾਡਰਨ ਤਰੀਕੇ ਨਾਲ ਬਣੀਆਂ, ਮਿਸਤਰੀ ਵੀ ਹੋਰ ਸੀਗਾ ਸਾਡੇ ਕੋਲ। ਜਿਹੜਾ ਮਿਸਤਰੀ ਸੀਗਾ ਉਹ ਸਾਡੇ ਅਕੋਰਡਿੰਗ ਸੀਗਾ, ਪੁਰਾਣਾ ਮਿਸਤਰੀ ਸੀਗਾ ਸਾਡਾ, ਤੇ ਉਹਨੇ ਆਪਣੇ ਹਿਸਾਬ ਨਾਲ ਬਣਾਈ ਹੋਈ ਆ। ਤੇ ਜਿਹੜੀ ਉੱਪਰ ਵਾਲੀ ਆ ਹੁਣ ਉਹ ਅੱਜ ਕੱਲ ਦੇ ਨਵੇਂ ਨਿਊ ਮੁੰਡਿਆਂ ਨੇ ਬਣਾਈ ਆ। ਫਰਕ ਤਾਂ ਹੁੰਦਾ ਹੀ ਆ ਹਰੇਕ ਚੀਜ਼ ਦੇ ਵਿੱਚ, ਸਾਲ ਸਾਲ ਬਾਅਦ ਹਰੇਕ ਚੀਜ਼ ਬਦਲਦੀ ਰਹਿੰਦੀ ਆ। ਉਹ ਬਿਲਕੁਲ ਜਿੱਦਾਂ ਫੋਰਨ ਕੰਟਰੀ 'ਚ ਬਣਦੀਆਂ ਨੇ ਉਦਾਂ ਬਣਾਈ ਹੋਈ ਆ, ਤੇ ਆਪਣੀ ਬਿਲਕੁਲ ਇੰਡੀਅਨ ਸਟਾਈਲ ਵਾਲੀ ਆ ਜਿਵੇਂ ਪਹਿਲਾਂ ਬਣਾਉਂਦੇ ਸੀ ਸੇਮ। ਬਾਕੀ ਹਰ ਬੰਦੇ ਦੀ ਆਪੋ ਆਪਣੀ ਸੋਚ ਹੁੰਦੀ ਆ। ਤੁਹਾਡੇ ਅੰਕਲ ਜੀ ਥੋੜ੍ਹਾ ਜਿਹਾ ਇੱਦਾਂ ਚੱਲਦੇ ਨੇ ਵੀ ਚੀਜ਼ ਮਜ਼ਬੂਤ ਹੋਣੀ ਚਾਹੀਦੀ ਆ, ਕਬਜ਼ੇ ਵਗੈਰਾ ਸਭ ਕੁਛ, ਬਸ ਉਹ ਇਹਨਾਂ ਦੀ ਆਪਣੀ ਸੋਚ ਆ। ਬਾਕੀ ਆਪਾਂ ਤੁਹਾਨੂੰ ਚਲੋ ਜੀ ਹੁਣ ਕਰਾਉਂਦੇ ਹਾਂ ਕਿਚਨ ਦਾ ਟੂਰ। ਆਹ ਗੇਟ ਆਪਾਂ ਨੇ ਪਹਿਲਾਂ ਨਹੀਂ ਸੀ ਬਣਵਾਏ ਹੋਏ, ਕਿਉਂਕਿ ਇਹਨਾਂ ਦੇ ਕਾਰਨਰ ਕਾਫੀ ਫੁੱਟੀ ਜਾਂਦੇ ਸੀਗੇ ਤੇ ਹੱਥ ਹੁੱਥ ਲੱਗਦਾ ਤੇ ਫਿਰ ਬਹੁਤ ਹੀ ਜ਼ਿਆਦਾ ਹੋ ਜਾਂਦੇ ਨੇ ਕਈ ਵਾਰੀ ਕੋਈ ਚੀਜ਼ ਵੱਜਦੀ ਆ ਵਿੱਚ। ਸਭ ਤੋਂ ਪਹਿਲਾਂ ਤਾਂ ਆਪਾਂ ਨੇ ਐਂਟਰੀ ਦੇ ਉੱਤੇ ਇਹਨੂੰ ਵੀ ਸਾਰੀ ਲੱਕੜ ਲਗਵਾ ਲਈ ਸੀਗੀ ਵੀ ਚਲੋ ਥੋੜ੍ਹਾ ਵਧੀਆ ਲੱਗਦਾ ਨਾਲੇ, ਤੇ ਨਾਲੇ ਸੇਫਟੀ ਹੋ ਜਾਂਦੀ ਆ ਕਾਰਨਰਾਂ ਦੀ। ਤੇ ਚਲੋ ਹੁਣ ਅੰਦਰ ਸੇਮ ਹੀ ਆ, ਕੋਈ ਫਰਕ ਨਹੀਂ ਹੈਗਾ। ਸਿਰਫ ਇੱਕ ਫਰਕ ਆ, ਹਰਦੀਪ ਮੇਰੇ ਨਾਲੋਂ 2 ਇੰਚ ਲੰਬੀ ਆ, 1.5-2 ਇੰਚ ਲੰਬੀ ਆ, ਉਹਦੇ ਕਰਕੇ ਉਹਦੀ ਜਿਹੜੀ ਸ਼ੈਲਫ ਆ ਉਨੀ ਥੋੜ੍ਹੀ ਉੱਚੀ ਰੱਖੀ ਹੋਈ ਆ, ਕਿਉਂਕਿ ਮਨਰਾਜ ਵੀ ਲੰਬਾ, ਫਿਰ ਉਹਦੇ ਘਰ ਵਾਲੀ ਵੀ ਲੰਬੀ ਆ, ਉਹ ਵੀ ਪਤਾ ਨਹੀਂ ਉਹਨੇ ਤਾਂ ਇੱਥੇ ਰਹਿਣਾ ਜਾਂ ਨਹੀਂ ਰਹਿਣਾ, ਇੱਥੇ ਤਾਂ ਅਸੀਂ ਉਹ ਕੰਮ ਕਰਨਾ ਮੈਨੂੰ ਲੱਗਦਾ ਦੋਨਾਂ ਨੇ। ਤੇ ਉਸ ਹਿਸਾਬ ਨਾਲ ਅਸੀਂ ਕਿਚਨਾਂ ਰਖਾਈਆਂ ਹੋਈਆਂ ਨੇ, ਤੇ ਚਾਚੀ ਜੀ ਥੋੜ੍ਹੀ ਉੱਚੀ ਸ਼ੈਲਫ ਆ ਤੇ ਆਪਣੀ ਥੋੜ੍ਹੀ ਜਿਹੀ ਨੀਵੀਂ ਆ, ਬਾਕੀ ਸੇਮ ਹੀ ਆ ਸਾਰਾ ਕੁਝ। ਇੱਕ ਹੋਰ ਫਰਕ ਆ ਕਿਆ? ਸਿੰਕ ਦਾ। ਹਾਂ ਇਹ ਫਰਕ ਆ ਕਾਫੀ, ਇਹ ਵੀ ਤੇਰੇ ਡੈਡੀ ਦੀ ਵਜ੍ਹਾ ਕਾਰਨ ਹੀ ਹੋਇਆ ਹੋਇਆ। ਉਹਨਾਂ ਨੇ ਇੱਧਰਲੇ ਪਾਸੇ ਰਖਾਤੀ ਸੀ, ਕਹਿੰਦੇ ਜ਼ਰੂਰਤ ਪੈਂਦੀ ਰਹਿੰਦੀ ਆ ਕਈ ਵਾਰੀ ਜ਼ਿਆਦਾ ਰਸ਼ ਹੋਵੇ ਤੇ ਇੱਧਰ ਭਾਂਡੇ ਸੁੱਕਣੇ ਰੱਖਦੇ ਹੋਏ, ਪਰ ਮੈਂ ਉਹਨੂੰ ਹੁਣ ਬਿਲਕੁਲ ਮਿਸਤਰੀ ਤੋਂ ਬੋਰਡ ਕਟਵਾ ਕੇ ਉਹ ਮੈਂ ਬੰਦ ਕਰਤੀ ਬਿਲਕੁਲ ਹੀ। ਤੇ ਲਓ ਜੀ, ਤੇ ਬਿਲਕੁਲ ਹੀ ਆਪਾਂ ਸਟਾਰਟ ਕਰਦੇ ਹਾਂ। ਉਹ ਜਿਹੜਾ ਮੈਂ ਦੱਸ ਰਹੀ ਹਾਂ ਉਹ ਇੱਥੇ ਸੀਗਾ ਇਹਦੇ ਨੀਚੇ, ਤੇ ਫਿਰ ਅਸੀਂ ਬੰਦ ਕਰ ਲਿਆ ਕਿਉਂਕਿ ਸਮਾਨ ਉੱਪਰ ਪਿਆ ਰਹਿੰਦਾ ਕਾਫੀ। ਆ ਉੱਤੇ ਇਹਨਾਂ ਨੇ ਲਗਵਾਤੀ ਸੀਗੀ ਛੋਟੀ, ਕਹਿੰਦੇ ਜਿਹੜਾ ਐਕਸਟਰਾ ਬਰਤਨ ਹੁੰਦੇ ਨੇ ਵੀ ਤੁਸੀਂ ਕਦੇ ਕਦਾਈ ਵਰਤਦੇ ਹੋ, ਪਲੇਟਾਂ ਟਰੇਆਂ ਵਗੈਰਾ, ਉਹਨਾਂ ਨੂੰ ਇਹਦੇ ਵਿੱਚ ਰੱਖ ਲਿਆ ਕਰੋ। ਤੁਹਾਨੂੰ ਪਤਾ ਨਿੱਕਾ ਮੋਟਾ ਸਮਾਨ ਆਪਣੇ ਘਰਾਂ ਦੇ ਵਿੱਚ ਕਿੰਨਾ ਹੁੰਦਾ। ਤੇ ਆਹ ਚੀਜ਼ ਦਾ ਫਰਕ ਆ ਕਾਫੀ ਉੱਪਰ ਨਾਲੋਂ, ਕਿਉਂਕਿ ਇੱਥੇ ਸ਼ੀਸ਼ਾ ਲਗਵਾਇਆ ਹੋਇਆ, ਉੱਥੇ ਸਾਰੀਆਂ ਕਵੜਾਂ ਹੀ ਬਣੀਆਂ ਹੋਈਆਂ ਨੇ ਸਾਰੀਆਂ। ਤੇ ਆਹ ਉਹ ਕਹਿੰਦਾ ਸੀ ਇਹਨੂੰ ਖੁੱਲਾ ਰੱਖ ਲਓ ਇਹਦੇ ਵਿੱਚ, ਇਹ ਵੈਸੇ ਠੀਕ ਆ, ਮੈਨੂੰ ਵਧੀਆ ਲੱਗਿਆ ਵੀ ਮਿਕਸੀ ਵਗੈਰਾ ਰੱਖਣ ਲਈ ਬਹੁਤ ਹੀ ਵਧੀਆ, ਖੋਲ੍ਹਣਾ ਨਹੀਂ ਪੈਂਦਾ ਓਪਨਰ, ਜਦੋਂ ਮਰਜ਼ੀ ਚੱਕ ਕੇ ਇੱਥੇ ਜਦੋਂ ਮਰਜ਼ੀ ਰੱਖ ਦੇ। ਤੇ ਅੱਗੇ ਆਪਣਾ ਇਹਦੇ ਵਿੱਚ ਹੁਣ ਅਸੀਂ ਥੋੜ੍ਹੇ ਭਾਂਡੇ ਕੱਢ ਕੇ ਉਹ ਟੋਕਰੀ ਦੇ ਵਿੱਚ ਰੱਖੇ ਹੋਏ ਨੇ, ਆਹ ਦੇਖੋ ਤੁਸੀਂ ਦੇਖ ਸਕਦੇ ਹੋ, ਇਹ ਜ਼ਿਆਦਾ ਹੈਵੀ ਬਰਤਨ ਰੱਖੇ ਹੋਏ ਸੀਗੇ, ਥੋੜ੍ਹਾ ਥੱਲੇ ਆ ਗਿਆ ਤੇ ਸਾਨੂੰ ਇਹਦਾ ਪਤਾ ਨਹੀਂ ਲੱਗਿਆ। ਵਿਆਹ ਦੇ ਵਿੱਚ ਹੀ ਸ਼ੀਸ਼ਾ ਕਈ ਜਗ੍ਹਾ ਤੋਂ ਕਰੈਕ ਹੋ ਗਿਆ, ਜਦੋਂ ਮਨੀ ਦਾ ਵਿਆਹ ਸੀਗਾ ਵੀ ਖਿੱਚਦੇ ਖਿੱਚਦੇ ਸੀ ਇੱਧਰ ਉੱਧਰ, ਤੇ ਹੁਣੇ ਮਿਸਤਰੀ ਨੂੰ ਆਰਡਰ ਦਿੱਤਾ ਹੋਇਆ, ਉਹ ਕਹਿੰਦਾ ਸੀ ਇਹਦੇ ਵਿੱਚ ਆਪਾਂ ਇੱਕ ਰਾਡ ਜੀ ਬਣਦੀ ਆ ਵੀ ਉਹ ਪਾਵਾਂਗੇ, ਇਹ ਨੀਚੇ ਤੋਂ ਚੱਕਿਆ ਜਾਊਗਾ ਫਿਰ ਬਿਲਕੁਲ ਸੈੱਟ ਆ ਜਾਊਗਾ, ਵੀ ਸ਼ੀਸ਼ਾ ਉੱਤੋਂ ਲੂਜ਼ ਹੋ ਗਿਆ ਨੀਚੇ ਨੂੰ ਆ ਗਈ ਨਾ ਇਹ ਚੀਜ਼, ਤੇ ਉਹਦੇ ਕਰਕੇ ਜਦੋਂ ਆਪਾਂ ਕਰਦੇ ਹਾਂ ਤੇ ਫਿਰ ਇਹ ਫਸ ਜਾਂਦਾ। ਇੱਥੇ ਆਪਣੇ ਜੀ ਹਰਦੀਪ ਕੌਰ ਦਾ ਚੁੱਲ੍ਹਾ ਪਿਆ ਜਿੱਥੇ ਕਿ ਆਪਣੇ ਸ਼ਿੰਕ ਆ ਗਏ, ਬਸ ਇਹਨਾਂ ਦੇ ਉੱਪਰ ਆਪਣੀ ਕਵਰ ਬਣੀ ਹੋਈ ਆ ਜਿਹਦੇ ਵਿੱਚ ਬਰਤਨ ਵਗੈਰਾ ਨੇ। ਇੱਥੇ ਵੀ ਐਕਸਟਰਾ ਜੋ ਭਾਂਡੇ ਹੁੰਦੇ ਨੇ ਧੋ ਕੇ ਵਗੈਰਾ ਇੱਥੇ ਰੱਖ ਦਿੰਦੇ ਹਾਂ ਜਦੋਂ ਸੁੱਕ ਜਾਂਦੇ ਨੇ, ਆਹ ਆਪਣੀ ਪਿਆ ਜੀ ਟੋਕਰੀ ਇਹਦੇ ਵਿੱਚ ਆਪਾਂ ਪਾ ਦਿੰਦੇ ਹਾਂ, ਤੇ ਇਹਦਾ ਪਾਣੀ ਇੱਧਰ ਸਾਰਾ ਨੀਚੇ ਨਿਕਲ ਜਾਂਦਾ ਕਿਉਂਕਿ ਵਿੱਚ ਨਹੀਂ ਖੜਦਾ ਹੈਗਾ ਬਿਲਕੁਲ ਵੀ, ਬਣਾਈ ਹੋਈ ਇਸ ਤਰੀਕੇ ਨਾਲ ਹੋਈ ਆ ਉਹਨਾਂ ਨੇ। ਤੇ ਬਾਕੀ ਅੱਗੇ ਜੀ ਸੇਮ ਹੀ ਆ ਐਲੀਮੈਂਟੋ ਵਗੈਰਾ, ਤੇ ਆਪਣਾ ਜਿਹੜਾ ਚੁੱਲ੍ਹਾ ਉਹ ਇਸ ਜਗ੍ਹਾ ਤੇ ਆ ਗਿਆ, ਚੁੱਲ੍ਹਾ ਵੀ ਸੇਮ ਉੱਪਰ ਨਾਲ ਦਾ ਹੀ ਆ ਇਹ। ਤੇ ਆਹ ਜਿਹੜੀ ਕਵਰਡ ਆ ਇਹ ਚਿਮਨੀ ਸੀਗੀ ਜੇ ਸਾਡੀ ਪਹਿਲਾਂ ਇੰਨੀ ਉੱਚੀ ਲਗਾਤੀ ਸੀਗੀ, ਮਿਸਤਰੀ ਨੇ ਬਹੁਤ ਰੌਲਾ ਪਾਇਆ ਵੀ 2.5 ਫੁੱਟ ਤੋਂ ਉੱਪਰ ਲਗਾਉਣੀ ਨਹੀਂ ਹੈਗੀ, ਤੇ ਤੁਹਾਡੇ ਅੰਕਲ ਕਹਿੰਦੇ ਸਿਰ ਵੱਜੂ ਇਹ ਹੋਜੂ ਉਹ ਹੋਜੂ, ਤੇ ਉਹਦੀ ਵਜ੍ਹਾ ਕਾਰਨ ਹੁਣ ਅਸੀਂ ਇਹ ਪੱਟ ਕੇ ਨੀਵੀਂ ਕਰਵਾਈ ਆ ਥੋੜ੍ਹੀ ਜਿਹੀ, ਤੇ ਥੋੜ੍ਹਾ ਤੁਹਾਨੂੰ ਇਹਦੇ ਸਰਮਾਇਕੇ ਦੇ ਵਿੱਚ ਫਰਕ ਲੱਗਦਾ ਹੋਣਾ, ਕਲਰ ਸੇਮ ਆ ਪਰ ਥੋੜ੍ਹੀ ਜਿਹੀ ਜਿਹੜੀ ਡਿਜ਼ਾਇਨਿੰਗ ਦਿੱਤੀ ਹੋਈ ਆ ਉਹਦਾ ਫਰਕ ਆ। ਤੇ ਆਹ ਉਹਨਾਂ ਨੇ ਇੱਦਾਂ ਕਰਕੇ ਉੱਪਰ ਵਾਲੀ ਦੀ ਤਰ੍ਹਾਂ ਬਿਲਕੁਲ ਫਿਟਿੰਗ ਕਰਤੀ। ਉਹ ਤੁਸੀਂ ਪਹਿਲਾਂ ਸੋਚਦੇ ਹੋਵੋਗੇ ਉਹ ਐਡਾ ਵੱਡਾ ਕਿਉਂ ਬਣਵਾਇਆ ਬਾਕਸ ਉੱਥੇ ਜੀ ਸਾਡੀ, ਕਿਉਂਕਿ ਜੇ ਅਸੀਂ ਇੱਧਰਲੇ ਪਾਸੇ ਸਾਹਮਣੇ ਕੱਢਦੇ ਸੀਗੇ ਤਾਂ, ਕਿਉਂਕਿ ਫਿਰ ਸਾਰੀ ਕੰਧ ਕਾਲੀ ਹੋ ਜਾਂਦੀ ਆ ਸਾਹਮਣੇ, ਤੇ ਫਿਰ ਅਸੀਂ ਇੱਥੇ ਪਾਈਪ ਪਾ ਕੇ ਵੱਡੀ ਬਿੰਡ ਪਾ ਕੇ ਇੱਧਰਲੀ ਸਾਈਡ ਤੇ ਪਾਈਪ ਕੱਢੀ ਹੋਈ ਆ ਵੱਡੀ ਪਲਾਸਟਿਕ ਦੀ, ਤੇ ਇਹਦੇ ਵਿੱਚੋਂ ਸਾਰਾ ਚਿਮਨੀ ਦਾ ਜਿਹੜਾ ਧੂੰਆਂ ਵਗੈਰਾ ਜੋ ਵੀ ਖਿੱਚਦੀ ਆ
ਉਹ ਬਾਹਰ ਤੇ ਜਾਂਦੇ ਇਹ ਅਸੀਂ ਕਵਰ ਵੀ ਹੁਣ ਕਰਵਾਇਆ ਪਹਿਲਾਂ ਪਾਈਪ ਤੇ ਨਹੀਂ ਸੀਗਾ ਇਹ ਲੱਕੜ ਲੱਗੀ ਹੋਈ ਜੋ ਕਾਫੀ ਗੰਦੀ ਹੋ ਜਾਂਦੀ ਸੀ ਉਹਦੇ ਇੰਨੀ ਜ਼ਿਆਦਾ ਡਸਟ ਜੰਮਦੀ ਸੀ ਕਿਉਂਕਿ ਜਦੋਂ ਹੁਣ ਕੋਈ ਵੀਡੀਓ ਵਗੈਰਾ ਬਣਾਉਂਦੇ ਆ ਆਪਾਂ ਕੋਈ ਵੀ ਚੀਜ਼ ਤੇਲ ਵਾਲੀ ਕਿਉਂਕਿ ਜੇ ਚਿਮਨੀ ਚਲਾਉਂਦੇ ਆ ਤਾਂ ਇੰਨੀ ਜ਼ਿਆਦਾ ਆਵਾਜ਼ ਆਉਣੀ ਹੁੰਦੀ ਆ ਉਹਦੇ ਵਿੱਚ ਤੁਹਾਨੂੰ ਸਾਡੀ ਆਵਾਜ਼ ਨਹੀਂ ਸੁਣਦੀ ਹੈਗੀ ਇਸ ਕਰਕੇ ਸਾਨੂੰ ਚਿਮਨੀ ਬੰਦ ਰੱਖਣੀ ਪੈਂਦੀ ਆ ਇਸੇ ਕਰਕੇ ਕਈ ਵਾਰੀ ਅਸੀਂ ਬਾਹਰ ਵੀ ਕਈ ਚੀਜ਼ਾਂ ਬਣਾ ਲੈਂਦੇ ਆ ਵੀ ਜ਼ਿਆਦਾ ਤੇਲ ਛੱਡਦਾ ਚਿਮਨੀ ਸਾਨੂੰ 10-15 ਦਿਨਾਂ ਬਾਅਦ ਖੋਲ ਕੇ ਸਾਫ਼ ਕਰਨੀ ਪੈਂਦੀ ਆ ਕਿਉਂਕਿ ਬਹੁਤ ਜ਼ਿਆਦਾ ਤੇਲ ਨਾਲ ਭਰ ਜਾਂਦੀ ਆ ਕਿ ਜੇ ਚੱਲਦੀ ਰਹੇ ਫਿਰ ਘੱਟ ਭਰਦੀ ਆ ਤੇ ਜਦੋਂ ਖੜੀ ਦੇ ਵਿੱਚ ਤੇਲ ਜਾਂਦਾ ਤੇ ਸਾਰਾ ਉਹਨਾਂ ਦੇ ਵਿੱਚ ਜਿਹੜੀਆਂ ਬਣੀਆਂ ਹੋਈਆਂ ਨੇ ਜਾਲੀਆਂ ਜੀ ਉਹਨਾਂ ਦੇ ਵਿੱਚ ਆ ਜਾਂਦਾ ਤੇ ਜੀ ਇਹ ਵਾਲੀ ਕਵਰ ਵੀ ਆਪਣੀ ਪਹਿਲਾਂ ਵੀ ਬਣੀ ਹੋਈ ਆ ਇਹਦੇ ਵਿੱਚ ਬਸ ਸਾਰਾ ਆਪਣਾ ਖਾਣ ਪੀਣ ਦੀਆਂ ਦਾਲਾਂ ਦੂਲਾਂ ਜੋ ਵੀ ਕੁਝ ਹੈ ਐਕਸਟਰਾ ਬਰਤਨ ਵਗੈਰਾ ਨੇ ਜਿਹੜੇ ਉਹ ਪਏ ਨੇ ਜ਼ਿਆਦਾਤਰ ਇਹਦੇ ਵਿੱਚ ਉਹ ਸਮਾਨ ਆ ਜਿਹੜਾ ਹਲੇ ਤੱਕ ਕੁੱਕ ਨਹੀਂ ਕੀਤਾ ਹੋਇਆ ਮਤਲਬ ਹਾਂ ਸਾਰਾ ਕੱਚਾ ਆ ਕਿਉਂਕਿ ਜਿਹੜਾ ਆਪਾਂ ਨੇ ਬਣਾਉਣਾ ਹੁੰਦਾ ਕਿਉਂਕਿ ਉਹ ਫਿਰ ਨਜ਼ਦੀਕ ਚਾਹੀਦਾ ਹੈ ਤੇ ਇਸ ਕਰਕੇ ਆਪਾਂ ਨੇ ਸਾਰਾ ਸਮਾਨ ਇਹਦੇ ਵਿੱਚ ਰੱਖਿਆ ਹੋਇਆ ਤੇ ਇਧਰਲੀ ਆ ਇਧਰਲੀ ਕਵਰਡ ਬਹੁਤ ਜ਼ਿਆਦਾ ਸਪੈਸ਼ਲ ਆ ਇਹ ਡੈਡੀ ਜੀ ਨੇ ਸਪੈਸ਼ਲ ਬਣਵਾਈ ਹੈਗੀ ਇਹ ਪਹਿਲਾਂ ਹੈਗੀ ਨਹੀਂ ਸੀ ਇਹ ਹੁਣ ਜਦੋਂ ਉੱਪਰ ਚਾਚਾ ਜੀ ਦੇ ਮਿਸਤਰੀ ਲੱਗੇ ਹੋਏ ਸੀ ਤੁਹਾਡੇ ਤੇ ਇਹ ਉਦੋਂ ਬਣਵਾਈ ਆ ਇਹ ਸੇਮ ਉੱਪਰਲੀਆਂ ਕਵਰਾਂ ਵਰਗੀ ਆ ਕਿਉਂਕਿ ਆਪਣੀਆਂ ਨੇ ਜਿਹੜੀਆਂ ਪਹਿਲਾਂ ਉਹਨਾਂ ਦੇ ਦੂਜੇ ਕਬਜ਼ੇ ਲੱਗੇ ਹੋਏ ਨੇ ਇਹ ਜਿਹੜੇ ਦੂਜੇ ਕਬਜ਼ੇ ਆਉਂਦੇ ਨੇ ਹੁਣ ਉਹ ਲਗਾਏ ਹੋਏ ਨੇ ਉਹਦੇ ਤਾਂ ਪਹਿਲਾਂ ਵੀ ਸੀਗੇ ਸਾਡੇ ਮਿਸਤਰੀ ਨੂੰ ਇੰਨਾ ਜਾਣੀ ਕਿ ਜ਼ਿਆਦਾ ਮਾਡਰਨ ਨਹੀਂ ਹੈਗੇ ਤੇ ਉਹ ਉਸੇ ਹਿਸਾਬ ਨਾਲ ਬਣਾਉਂਦੇ ਨੇ ਜਿਵੇਂ ਕਿ ਪਹਿਲਾਂ ਬਣਦੀਆਂ ਸੀਗੀਆਂ ਫਿਰ ਇਸ ਕਰਕੇ ਇਹ ਕਵਰਡ ਉਹਨਾਂ ਨੇ ਬਿਲਕੁਲ ਉੱਪਰਲੀ ਨਾਲ ਦੀ ਬਣਾਈ ਆ ਵੈਸੇ ਠੀਕ ਆ ਇਹ ਸਾਨੂੰ ਅਸੀਂ ਇਹਦੇ ਵਿੱਚ ਦੋ ਹੀ ਖਾਨੇ ਪਵਾਏ ਨੇ ਸਾਡੇ ਜਿੰਨੇ ਇਹ ਡੱਬੇ ਸੀਗੇ ਬਾਹਰ ਹੀ ਪਏ ਰਹਿੰਦੇ ਸੀ ਕਿਉਂਕਿ ਜਦੋਂ ਨੀਚੇ ਰੱਖਦੇ ਆ ਤਾਂ ਫਿਰ ਝੁੱਕ ਕੇ ਚੱਕਣੇ ਪੈਂਦੇ ਨੇ ਤੇ ਇਸ ਕਰਕੇ ਆਪਾਂ ਨੇ ਇਹ ਇੱਥੇ ਸਾਰਾ ਖਾਣ ਪੀਣ ਦਾ ਸਮਾਨ ਹੈਗਾ ਉੱਪਰ ਵੀ ਉੱਪਰ ਇਹਦੇ ਵਿੱਚ ਹੈਗਾ ਜੀ ਪਾਸਤਾ ਸੇਮੀਆਂ ਨਿਊਡਲ ਮੈਗੀ ਤੇ ਅੱਗੇ ਬਿਸਕਟਾਂ ਦਾ ਡੱਬਾ ਭਰਿਆ ਹੋਇਆ ਆ ਗਿਆ ਅੱਗੇ ਫਿਰ ਪਾਸਤਾ ਉਸਦੇ ਵਿੱਚ ਜਿਹੜੀਆਂ ਜੌ ਸੇਮੀਆਂ ਵੱਟੀਆਂ ਹੋਈਆਂ ਨੇ ਉਹ ਨੇ ਨੀਚੇ ਆ ਜਾਓ ਤੁਸੀਂ ਮਰੁੰਡਾ ਭੁੱਲ ਗਏ ਮੰਮੀ ਹਾਂ ਉਹ ਮਰੁੰਡਾ ਪਿਆ ਉੱਪਰ ਉਹ ਖਾਣ ਦੀ ਮੈਸ਼ ਕੀ ਨਾ ਹੁਣ ਥੋੜਾ ਸਿੱਲਾ ਹੋ ਗਿਆ ਉਹਨੂੰ ਆਪਾਂ ਨੇ ਓਵਨ ਦੇ ਵਿੱਚ ਰੱਖ ਕੇ ਥੋੜਾ ਗਰਮ ਕਰ ਲੈਣਾ ਤੇ ਅੱਗੇ ਆ ਇਹਨਾਂ ਦੇ ਵਿੱਚ ਵੀ ਜੀ ਖਾਣ ਵਾਲੇ ਸਮਾਨ ਆ ਕਿਸੇ ਦੇ ਵਿੱਚ ਰਸ ਪਏ ਨੇ ਕਿਸੇ ਦੇ ਵਿੱਚ ਬਿਸਕਟ ਪਏ ਨੇ ਕਿਉਂਕਿ ਜ਼ਿਆਦਾਤਰ ਫਿਰ ਜਦੋਂ ਕੰਟੀਨ ਜਾਂਦੇ ਨੇ ਇਕੱਠੇ ਕਾਫੀ ਚੱਕ ਲਿਆਉਂਦੇ ਨੇ ਕਿਉਂਕਿ ਮਹੀਨੇ ਬਾਅਦ ਜਾਣਾ ਹੁੰਦਾ ਇਸ ਕਰਕੇ ਇਕੱਠਾ ਸਮਾਨ ਲਿਆ ਕੇ ਆਪਾਂ ਡੱਬਿਆਂ ਦੇ ਵਿੱਚ ਭਰ ਕੇ ਰੱਖਦੇ ਆ ਨਿੱਕੇ ਮੋਟੇ ਫਾਲਤੂ ਮਸਾਲੇ ਨੇ ਜਿਹੜੇ ਥੋੜੇ ਬਹੁਤੇ ਕਦੀ ਕਦੀ ਕੰਮ ਆਉਂਦੇ ਨੇ ਐਕਸਟਰਾ ਇੱਥੇ ਰੱਖੇ ਹੋਏ ਨੇ ਤੇ ਬਾਕੀ ਪੰਜੀਰੀਆਂ ਸ਼ੰਜੀਰੀਆਂ ਜੋ ਵੀ ਹੈਗੀਆਂ ਉਹ ਜਿਹੜੀ ਸਾਹਮਣੇ ਪੰਜੀਰੀ ਪਈ ਆ ਉਹ ਅਸੀਂ ਸਟੋਰ ਕਰਨ ਲਈ ਬਣਾਈ ਸੀਗੀ ਮੰਮੀ ਕਹਿੰਦੇ ਸੀਗੇ ਇਹਨੂੰ ਰੋਕ ਕੇ ਖਾਵਾਂਗੇ ਪਰ ਉਹ ਸਾਰਿਆਂ ਨੂੰ ਜ਼ਿਆਦਾ ਪਸੰਦ ਆਈ ਉਹ ਰੈਗੂਲਰ ਹੀ ਅਸੀਂ ਖਾ ਰਹੇ ਹਾਂ ਉਹ ਭੁੱਜੇ ਹੋਏ ਚਨਿਆਂ ਦੀ ਪੰਜੀਰੀ ਉਹ ਅਸੀਂ ਇੱਕ ਡੱਬਾ ਪਹਿਲਾਂ ਖਾ ਕੇ ਇਹ ਬਾਉਲ ਇੱਕ ਪਹਿਲਾਂ ਖਾ ਚੁੱਕੇ ਆ ਤੇ ਦੂਜਾ ਅਸੀਂ ਪਰਸੋਂ ਕੱਢਿਆ ਸੀ ਮੈਂ ਇਹਨੂੰ ਹਾਂਜੀ ਤੇ ਅਸੀਂ ਇਹ ਵੀ ਖਾਣਾ ਸ਼ੁਰੂ ਕਰਤਾ ਇਹ ਸਾਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗੇ ਕਿਉਂਕਿ ਆਟੇ ਦੀ ਤਾਂ ਆਪਾਂ ਹਰ ਟਾਈਮ ਖਾਂਦੇ ਰਹਿੰਦੇ ਆ ਇਹ ਜੀ ਆਪਣਾ ਮਾਈਕਰੋਵੇਵ ਆ ਅਸੀਂ ਲਈ ਸੀਗੀ ਹਾਂਡੀ ਦਾਲ ਸਬਜ਼ੀ ਬਣਾਉਣ ਲਈ ਜਿੱਦਾਂ ਉਹਨਾਂ ਨੇ ਕਿਹਾ ਬਿਲਕੁਲ ਇਹਨੂੰ ਉਦਾਂ ਹੀ ਯੂਜ਼ ਕੀਤਾ ਪਾਣੀ ਦੀ ਭਰ ਕੇ ਰੱਖੀ 24 ਘੰਟੇ ਸੁਕਾ ਕੇ ਸਾਰਾ ਕੁਝ ਕਰਕੇ ਤੇ ਜਦੋਂ ਅਸੀਂ ਇਹਦੇ ਵਿੱਚ ਬਣਾਉਣ ਲੱਗੇ ਤੇਜ਼ ਤੇ ਵੀ ਨਹੀਂ ਸੀਗੀ ਸਿਮ ਤੇ ਸੀ ਤੇ ਇਹਦਾ ਤਰੀਕਾ ਜਿਹਾ ਗਿਆ ਇੱਕ ਸਾਈਡ ਤੋਂ ਦੀ ਇਹ ਨਿਕਲ ਗਈ ਸੀ ਇਹਦਾ ਤੇ ਖਾਸ ਗੱਲ ਇਹ ਹੈ ਕਿ ਅਸੀਂ ਆਨਲਾਈਨ ਐਮਾਜ਼ਾਨ ਤੋਂ ਮੰਗਾਈ ਸੀ ਇਹ ਇਹ ਬਿਲਕੁਲ ਵਧੀਆ ਨਹੀਂ ਨਿਕਲੀ ਹੈਗੀ ਮੈਂ ਕਹਿੰਦੀ ਵੀ ਜਿਹੜੀਆਂ ਉਹ ਪਟਿਆਲੇ ਨਹੀਂ ਪਈਆਂ ਹੁੰਦੀਆਂ ਉੱਥੇ ਉਹ ਰੈੱਡ ਰੈੱਡ ਕਲਰ ਦੀਆਂ ਲਾਲ ਲਾਲ ਜੀਆਂ ਘੜਿਆਂ ਵਰਗੀਆਂ ਉਹ ਮੈਨੂੰ ਜ਼ਿਆਦਾ ਵਧੀਆ ਲੱਗਦੀਆਂ ਨੇ ਇਹ ਸਾਡੀ ਇਹਨੇ ਸਾਨੂੰ ਸਾਥ ਨਹੀਂ ਦਿੱਤਾ ਹੁਣ ਅਸੀਂ ਇਹਦੇ ਵਿੱਚ ਆਪਣੀਆਂ ਰੋਟੀਆਂ ਰੱਖ ਲੈਂਦੇ ਹਾਂ ਹੁਣ ਇਹ ਚਪਾਤੀ ਬਾਕਸ ਦਾ ਕੰਮ ਕਰ ਰਿਹਾ ਕਿਉਂਕਿ ਜਦੋਂ ਇਹਨੂੰ ਤਵੇ ਉੱਤੇ ਰੱਖ ਦਿੰਦੇ ਆ ਜੇ ਕਿਸੇ ਨੇ ਥੋੜੀ ਲੇਟ ਖਾਣੀ ਹੈ ਤਾਂ ਇਹ ਇੰਨੀ ਗਰਮ ਹੋ ਜਾਂਦੀ ਹੈ ਤੇ ਰੋਟੀ ਗਰਮ ਰਹਿੰਦੀ ਹੈ ਤੇ ਇੱਕ ਗੱਲ ਹੋਰ ਹੈ ਉਹ ਗੱਲ ਹੋ ਗਈ ਜਿਵੇਂ ਭਗਵੰਤ ਮਾਨ ਵੀ ਆਪਣੀ ਵੀਡੀਓ 'ਚ ਕਹਿੰਦਾ ਹੁੰਦਾ ਵੀ ਪੰਜਾਬੀ ਉਹਨਾਂ ਚਿਰ ਚੀਜ਼ ਨਹੀਂ ਛੱਡਦੇ ਜਿੰਨੇ ਦਿਨ ਉਹਦਾ ਕਚੂੰਬਰ ਵੀ ਨਿਕਲ ਜਾਂਦਾ ਬਿਲਕੁਲ ਸਹੀ ਆ ਇਹ ਜੀ ਆਪਣਾ ਮਾਈਕਰੋ ਇਹ ਆਪਣਾ ਇੱਥੇ ਪਿਆ ਰਹਿੰਦਾ ਇਹਨੂੰ ਜ਼ਿਆਦਾ ਤਾਂ ਅਸੀਂ ਵਰਤਦੇ ਨਹੀਂ ਇੱਦਾਂ ਹੀ ਆ ਕਦੇ ਥੋੜ੍ਹੀ ਬਹੁਤੀ ਸਬਜ਼ੀ ਗਰਮ ਕਰਨੀ ਪੈਂਦੀ ਆ ਤੇ ਕਰ ਲਈਦਾ ਜਾਂ ਕਦੇ ਬੱਚਿਆਂ ਨੇ ਕੱਪ ਕੇਕ ਵਗੈਰਾ ਕੁਛ ਵੀ ਖਾਣਾ ਹੋਵੇ ਉਹ ਆਪਾਂ ਬਣਾ ਲੈਂਦੇ ਹਾਂ ਇਹਦੇ ਵਿੱਚ ਤੇ ਇਹ ਜੀ ਹੈ ਆਟੇ ਵਾਲੀ ਇਹ ਵੀ ਮੈਂ ਉੱਪਰ ਦੀ ਤਰ੍ਹਾਂ ਕੱਢਵੀਂ ਨਹੀਂ ਬਣਾਈ ਹੋਈ ਵਿੱਚੇ ਫਿਟਿੰਗ ਹੈ ਇਹਦੀ ਬਸ ਫਿਰ ਮੈਨੂੰ ਐਂ ਹੋ ਜਾਂਦਾ ਕਈ ਵਾਰੀ ਝੋਲ ਵੱਜਦੀ ਹੈ ਤੇ ਕੁਛ ਹੋ ਜਾਂਦਾ ਉਹ ਮੈਨੂੰ ਇੰਨਾ ਠੀਕ ਨਹੀਂ ਸੀ ਲੱਗਿਆ ਇਸ ਕਰਕੇ ਮੈਂ ਕਿਹਾ ਵੀ ਨਹੀਂ ਤੂੰ ਸਿੱਧਾ ਹੀ ਆ ਬਣਾ ਦੇ ਬਾਕਸ ਫਿਰ ਮੇਰਾ ਮਿਸਤਰੀ ਵੀ ਨਹੀਂ ਸੀ ਮੰਨਿਆ ਸਾਡੇ ਵਾਲਾ ਕਹਿੰਦਾ ਨਹੀਂ ਵੀ ਉਹ ਟੁੱਟ ਜਾਂਦੇ ਨੇ ਬਹੁਤ ਜਲਦੀ ਵਿੰਗੇ ਹੋ ਜਾਂਦੇ ਨੇ ਬਾਕੀ ਚੀਜ਼ਾਂ ਮਜ਼ਬੂਤ ਆਈ ਜਾਂਦੀਆਂ ਨੇ ਜਿਵੇਂ ਜਿਵੇਂ ਅੱਗੇ ਉਹ ਬਣਦਾ ਤੇ ਆਹ ਸੇਮ ਹੀ ਬਸ ਜਿੱਦਾਂ ਉੱਧਰਲੇ ਪਾਸੇ ਪਾਏ ਨੇ ਉੱਪਰ ਹਰਦੀਪ ਦੇ ਸੇਮ ਹੀ ਆ ਤੇ ਇਹਦੇ ਵਿੱਚ ਆਪਾਂ ਆਪਣੇ ਪੋਣੇ ਵਗੈਰਾ ਸਾਰਾ ਕੁਛ ਤੈਅ ਮਾਰ ਕੇ ਰੱਖ ਦਿੰਦੇ ਹਾਂ ਤੇ ਜਿਹੜਾ ਨੀਚੇ ਆ ਇਹਦੇ ਵਿੱਚ ਚੀਨੀ ਵਗੈਰਾ ਤੇਲ ਵਾਲੀਆਂ ਪੀਪੀਆਂ ਤੇ ਕੋਈ ਵੀ ਐਕਸਟਰਾ ਸਮਾਨ ਗੁੜ ਸ਼ੱਕਰ ਆਪਾਂ ਇਹਦੇ ਵਿੱਚ ਰੱਖ ਦਿੰਦੇ ਹਾਂ ਇਹਦੇ ਵਿੱਚ ਜੀ ਆਪਣਾ ਨਿੱਕਾ ਮੋਟਾ ਸਾਰਾ ਕਿਚਨ ਦਾ ਜਿਹੜਾ ਹੁੰਦਾ
ਚਮਚ ਕੜਛੀਆਂ ਕੁਛ ਵੀ ਏਦਾਂ ਦਾ ਪੁਣਨੀਆਂ ਫਾਲਤੂ ਸਮਾਨ ਹੁੰਦਾ ਜਾਣੀ ਜਿਹੜਾ ਕਿ ਆਪਾਂ ਨਹੀਂ ਰੋਜ਼ ਵਰਤਦੇ ਜਿੱਦਾਂ ਕਿ ਕੜਛੀਆਂ ਕੁੜਛੀਆਂ ਤਾਂ ਚਲੋ ਵਰਤਣੇ ਪੈਂਦੇ ਨੇ ਫਿਰ ਵਿੱਚੇ ਰੱਖ ਦੇ ਦੀਆਂ ਨੇ ਵੀ ਬਾਹਰ ਗਾਹ ਨਾ ਪਵੇ ਇਹਦੇ ਵਿੱਚ ਗਾਹ ਪੀ ਰਹਿੰਦਾ ਚਾਹੇ ਇਹਨੂੰ ਮੈਂ ਤੀਜੇ ਦਿਨ ਸੰਭਾਲ ਪਾਵਾਂਗੇ ਫਿਰ ਕਦੇ ਕੋਈ ਚੀਜ਼ ਚੱਕਣੀ ਪੈਂਦੀ ਕਦੇ ਕੋਈ ਇਸ ਕਰਕੇ ਹੋ ਜਾਂਦਾ ਅਤੇ ਆਹ ਵਾਲਾ ਵੀ ਬਾਹਰ ਨੂੰ ਖੁੱਲ੍ਹਣ ਵਾਲਾ ਇਹਦੇ ਵਿੱਚ ਵੀ ਬਸ ਜਿਹੜੇ ਐਕਸਟਰਾ ਬਰਤਨ ਹੁੰਦੇ ਨੇ ਜਿੱਦਾਂ ਬਾਹਰ ਮੋਟਰ 'ਤੇ ਰੋਟੀ ਲਗਾਉਣ ਵਾਲੇ ਡੱਬੇ ਡੱਬੀਆਂ ਦੁੱਧ ਵਾਲੀ ਬੋਟਲ ਵਗੈਰਾ ਇਹ ਚੀਜ਼ਾਂ ਰੱਖ ਦਿੰਦੇ ਹਾਂ ਆਪਾਂ ਅਤੇ ਇਹ ਇਹ ਜੀ ਅਸੀਂ ਲੱਕੜ ਦਾ ਹੀ ਬਣਵਾਇਆ ਹੋਇਆ ਇਹਦੇ ਵਿੱਚ ਸਟੀਲ ਦਾ ਨਹੀਂ ਸੀ ਪਵਾਇਆ ਇਹ ਫਿਰ ਜਿੱਦਾਂ ਕਿ ਮਸਾਲੇ ਹੁੰਦੇ ਨੇ ਜੇ ਆਪਾਂ ਸਟੀਲ ਦਾ ਪਵਾਉਂਦੇ ਹਾਂ ਤਾਂ ਕਈ ਵਾਰੀ ਵਿੱਚ ਖਿੰਡ ਵੀ ਜਾਂਦੇ ਨੇ ਅਤੇ ਫਿਰ ਉਹ ਨੀਚੇ ਵਾਲੇ ਕਵਰ ਦੇ ਵਿੱਚ ਚਲੇ ਜਾਂਦੇ ਨੇ ਇਹਦੇ ਕਰਕੇ ਮੈਂ ਉਹਨੂੰ ਕਿਹਾ ਵੀ ਇਹਨੂੰ ਤੂੰ ਲੱਕੜ ਦਾ ਹੀ ਬਣਾ ਜਿਹਦੇ ਵਿੱਚ ਮਸਾਲੇ ਵਗੈਰਾ ਰੱਖਣੇ ਨੇ ਕਿਉਂ ਕਮਲ ਦੀਦੀ ਦੇ ਦੇਖਿਆ ਸੀ ਮੈਂ ਉੱਥੇ ਬਾਹਰ ਉਹਨਾਂ ਦੀ ਇਹ ਚੀਜ਼ ਲੱਕੜ ਦੀ ਵੀ ਬਣੀ ਹੋਈ ਆ ਅਤੇ ਨੀਚੇ ਇਹ ਬਸ ਕੁੱਕਰ ਵਗੈਰਾ ਇੱਦਾਂ ਕੁਛ ਵੀ ਸਮਾਨ ਫਰਾਈ ਪੈਨ ਵਗੈਰਾ ਆਪਾਂ ਰੱਖ ਦਿੰਦੇ ਹਾਂ ਅਤੇ ਆਹ ਹੈਗੀਆਂ ਜੀ ਆਪਣੀ ਇਹ ਉੱਪਰ ਵਾਲੀ ਕਾਫੀ ਵੱਡੀ ਹੈ ਇਹ ਥੋੜ੍ਹੀ ਜਿਹੀ ਕਿਉਂਕਿ ਇੱਥੇ ਆਪਣੀ ਸ਼ਿੰਕ ਬਣਾਉਣ ਕਰਕੇ ਵਿਚਾਲੇ ਕੰਧ ਦੀ ਸਪੋਰਟ ਦੇਣੀ ਪਈ ਸੀਗੀ ਉਹਦੇ ਕਰਕੇ ਫਿਰ ਆਪਣਾ ਇਹ ਥੋੜ੍ਹਾ ਜਿਹਾ ਛੋਟਾ ਬਣਾਇਆ ਇਹਦੇ ਵਿੱਚ ਵੀ ਸਾਰੇ ਆਪਣੀਆਂ ਕੜਾਹੀਆਂ ਫਰਾਈ ਪੈਨ ਫਾਲਤੂ ਤਵੇ ਅਤੇ ਵੱਡੀਆਂ ਪ੍ਰਾਂਤਾਂ ਵਗੈਰਾ ਜਿਹੜੀਆਂ ਪ੍ਰੋਗਰਾਮ ਉਹਦੇ 'ਚ ਵਰਤੀਆਂ ਜਾਂਦੀਆਂ ਨੇ ਸਿਲੰਡਰ ਮੇਰਾ ਇੱਥੇ ਹੀ ਆ ਵੈਸੇ ਪਹਿਲਾਂ ਕਹਿੰਦੇ ਸੀ ਬਾਹਰ ਕੱਢ ਦਿੰਦੇ ਮੈਂ ਕਿਹਾ ਕੁਛ ਨਹੀਂ ਹੈ ਹੁੰਦਾ ਹੈਗਾ ਸੇਫਟੀ ਰੱਖੋ ਤੁਸੀਂ ਆਪਣਾ ਧਿਆਨ ਰੱਖੋ ਅਤੇ ਚੰਗੀ ਤਰ੍ਹਾਂ ਇਹਨੂੰ ਬੰਦ ਕਰਕੇ ਪਵੋ ਅਤੇ ਸਵੇਰੇ ਉੱਠ ਕੇ ਖੋਲ੍ਹ ਲਓ ਮੈਂ ਖਾਲੀ ਰਖਵਾਇਆ ਹੋਇਆ ਸੀ ਅਤੇ ਆਹ ਮੈਂ ਆਪਣੀ ਮਕੈਨਿਕੀ ਘੋਟੀ ਹੋਈ ਆ ਅਤੇ ਹੁਣ ਦੀਵਾਲੀ ਨੂੰ ਜਦੋਂ ਸਫਾਈ ਕੀਤੀ ਉਦੋਂ ਮੈਂ ਜਿਹੜੀ ਆਪਣੀ ਆ ਥੋੜ੍ਹੀ ਬਹੁਤੀ ਆਹ ਬਚੀ ਪਈ ਸੀਗੀ ਪਲਾਈ ਵਗੈਰਾ ਬੋਰਡ ਵੱਟ ਬਚੇ ਪਏ ਸੀਗੇ ਉਹਨਾਂ ਨੂੰ ਮੈਂ ਲਿਆ ਕੇ ਮੈਂ ਆਰੇ ਚੱਕ ਕੇ ਲਿਆਂਦੀ ਮੈਂ ਇੱਥੇ ਬੈਠ ਕੇ ਮਹਿਕਦੇ ਡੈਡੀ ਗਏ ਹੋਏ ਸੀ ਮੈਂ ਕਿਹਾ ਵੀ ਆ ਨਾ ਜਾਣ ਮੈਂ ਫਟਾਫਟ ਚੋਰੀ ਚੋਰੀ ਕਰ ਲਾਂ ਅਤੇ ਮੈਂ ਨਾ ਵੀ ਸਾਰਿਆਂ ਦੀ ਕਟਿੰਗ ਕਰਕੇ ਵਿੱਚ ਪਸਾਤੇ ਕਿਉਂਕਿ ਜਿੱਦਾਂ ਹੁਣ ਅਚਾਰ ਦੇ ਡੱਬੇ ਵਗੈਰਾ ਨੇ ਛੋਟੀਆਂ ਡੱਬੀਆਂ ਨੇ ਅਚਾਰ ਦੀਆਂ ਉਹ ਅਸੀਂ ਇਹਦੇ ਨੀਚੇ ਹੀ ਰੱਖ ਦਿੰਦੇ ਹਾਂ ਅਤੇ ਡਸਟਬਿਨ ਵੀ ਇੱਧਰਲੀ ਸਾਈਡ 'ਤੇ ਨੀਚੇ ਪਿਆ ਅਤੇ ਆਹ ਅੱਗੇ ਜੀ ਬਣਾ ਲਈ ਹੈ ਆਪਾਂ ਨੇ ਦੋ ਖਾਨਿਆਂ ਵਾਲੀ ਉਹ ਕਵੜੇ ਵੀ ਇਹਦੇ ਵਿੱਚ ਵੀ ਸਾਰੇ ਸੌਦੇ ਵਗੈਰਾ ਪਏ ਨੇ ਆਪਣੇ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਨੇ ਚਿਪਸ ਕੁਰਕਰੇ ਕੁਰਕਰੇ ਦੇ ਭੁਜੀਆ ਵਗੈਰਾ ਟੌਫੀਆਂ ਸਭ ਕੁਝ ਇਹਦੇ ਵਿੱਚ ਉਹ ਜਿੰਨਾ ਵੀ ਕੰਟੀਨ ਤੋਂ ਸਮਾਨ ਆਉਂਦਾ ਫਿਰ ਡੈਡੀ ਲਿਆ ਲਿਆ ਕੇ ਫਿਰ ਹਰੇਕ ਚੀਜ਼ ਇਹਦੇ ਵਿੱਚ ਐਵੇਂ ਤਾਂ ਨੀਚੇ ਪਈ ਆ ਮੇਰੀ ਮਧਾਣੀ ਜਿਹਦੇ ਨਾਲ ਮੈਂ ਬਣਾਉਂਦੀ ਹੁੰਦੀ ਹਾਂ ਮੱਖਣ ਇਹ ਮੇਰੇ ਜਿੰਨੀ ਉਹ ਪੁਰਾਣੀ ਆ ਮੇਰੇ ਨਾਲ ਹੀ ਆਈ ਸੀਗੀ ਇਸ ਘਰ ਦੇ ਵਿੱਚ ਅਤੇ ਮੇਰੇ ਮੰਮੂ ਚੱਲੀ ਜਾਂਦੇ ਆ ਹਾਲੇ ਵੀ ਖਰਾਬ ਨਹੀਂ ਹੋਈ ਕਦੇ ਵੀ ਅਤੇ ਅੱਗੇ ਜੀ ਇਹ ਵਾਲੀ ਕਵਰ ਆ ਇਹਦੇ ਵਿੱਚ ਵੀ ਮੈਂ ਉੱਦਾਂ ਹੀ ਫਟੇ ਪਸਾਤੇ ਕਲੀਨਿੰਗ ਦਾ ਸਮਾਨ ਆ ਆਪਣਾ ਇਹਦੇ ਵਿੱਚ ਪਿਆ ਜਿੱਦਾਂ ਕਿ ਆਪਾਂ ਕੱਪੜਿਆਂ ਨੂੰ ਨੀਲ ਵਗੈਰਾ ਦਿੰਦੇ ਹਾਂ ਉਹ ਸਾਰਾ ਸਮਾਨ ਆਪਾਂ ਨੇ ਇੱਥੇ ਰੱਖਿਆ ਹੋਇਆ ਅਤੇ ਜਿਹੜੇ ਭਾਂਡੇ ਧੋਣ ਲਈ ਆਪਾਂ ਲੈ ਕੇ ਆਉਂਦੇ ਹਾਂ ਸਾਰਾ ਸਾਬਣ ਵਗੈਰਾ ਉਹ ਏ ਟੂ ਜੈਡ ਚੀਜ਼ ਆਪਾਂ ਨੇ ਇਹਦੇ ਵਿੱਚ ਰੱਖੀ ਹੋਈ ਆ ਅੱਗੇ ਆ ਗਿਆ ਜੀ ਆਪਣਾ ਫਿਲਟਰ ਇਹਦੇ ਬਾਰੇ ਬਹੁਤ ਜਾਣਿਆ ਨੇ ਕਈ ਵਾਰੀ ਪੁੱਛਿਆ ਇਹਨੂੰ ਹੋ ਗਏ ਬੱਚੂ ਬਹੁਤ ਸਾਲ ਲਏ ਇਹਨੂੰ ਅੰਦਰਲੇ ਘਰ ਲਿਆ ਸੀਗਾ 10 ਸਾਲ ਤੋਂ ਵੀ ਉੱਪਰ ਹੋ ਗਏ ਹੋਣਗੇ ਤਕਰੀਬਨ ਉਸ ਟਾਈਮ 'ਤੇ ਇਹ 12,500 ਦਾ ਆਇਆ ਸੀਗਾ ਹੁਣ ਇਹਦੀ ਪ੍ਰਾਈਸ ਦਾ ਮੈਨੂੰ ਕੋਈ ਪਤਾ ਨਹੀਂ ਹੈਗਾ ਇਹਦੀ ਇੰਨੀ ਜ਼ਿਆਦਾ ਮੌਜ ਆ ਆਹ 2 ਟੁੱਟੀਆਂ ਲੱਗੀਆਂ ਹੋਈਆਂ ਨੇ ਅਤੇ ਇੱਥੇ ਹੌਟ ਵਾਰਮ ਕੋਲਡ ਲਿਖਿਆ ਹੋਇਆ ਸਾਰਾ ਕੁਛ ਅਤੇ ਜੇ ਤੁਸੀਂ ਆਪਾਂ ਨੂੰ ਜਿੱਦਾਂ ਕਿ ਆਪਣੇ ਪਾਣੀ ਨਹੀਂ ਹੈਗਾ ਠੰਡਾ ਲਾਈਟ ਹੈਗੀ ਆ ਰਿਸ਼ਤੇਦਾਰ ਆ ਗਏ ਨੇ ਅਤੇ ਇਸ ਪਾਸੇ ਆਪਣੀ ਫਰਿੱਜ ਚੱਲਦੀ ਹੈ ਬਸ ਇਹ ਸੇਮ ਉਵੇਂ ਆ ਜਿਵੇਂ ਮਤਲਬ ਕਿਸੇ ਆਫਿਸ ਵਗੈਰਾ 'ਚ ਨਹੀਂ ਹੁੰਦਾ ਗਾ ਬਸ ਇੱਕੋ ਹੀ ਉਹ ਆ ਵੀ ਉਹਦੇ 'ਚ ਉੱਪਰੋਂ ਬੋਤਲ ਲਾਉਣੀ ਪੈਂਦੀ ਆ ਪਾਣੀ ਆ ਇਹ ਆਟੋਮੈਟਿਕਲੀ ਆਪਣੀ ਪਾਈਪ ਲੱਗੀ ਹੋਈ ਆ ਇੱਥੋਂ ਪਾਣੀ ਇਹਦੇ ਵਿੱਚ ਆ ਜਾਂਦਾ ਸਾਰਾ ਅਤੇ ਇੱਕ ਪਾਸੇ ਗਰਮ ਹੁੰਦਾ ਜਿੱਦਾਂ ਕਿ ਸਰਦੀਆਂ ਗਿਆ ਸਾਨੂੰ ਬਹੁਤ ਮੌਜ ਸਿਰਫ 1 ਮਿੰਟ ਲਾਉਣ ਨਾਲ ਹੀ ਪਾਣੀ ਕੋਸਾ ਹੋ ਜਾਂਦਾ ਅਤੇ ਅਸੀਂ ਆਪਣਾ ਸਵੇਰੇ ਸਵੇਰੇ ਜਿਵੇਂ ਕਿ ਮੈਂ ਆ ਵੀ ਠੰਡਾ ਪਾਣੀ ਨਹੀਂ ਪੀਂਦੀ ਮੈਨੂੰ ਜ਼ਿਆਦਾ ਫਾਇਦਾ ਰਹਿੰਦਾ ਇਹਦਾ ਮੈਂ ਕਨੂਤਰ ਡੈਡੀ ਨੂੰ ਤੇ ਤੈਨੂੰ ਜ਼ਿਆਦਾ ਫਾਇਦਾ ਹਾਂਜੀ ਅਤੇ ਜੀ ਵੈਸੇ ਤੁਸੀਂ ਰਸੋਈ ਦੇ ਵਿੱਚ ਤਾਂ ਜਿੰਨਾ ਕੁਛ ਮਰਜ਼ੀ ਬਣਾਈ ਆ ਉਹ ਘੱਟ ਹੀ ਰਹਿੰਦਾ ਇਹ ਮਹਿਕ ਦੇ ਡੈਡੀ ਬਹੁਤ ਹੱਸਦੇ ਸੀਗੇ ਕਹਿੰਦੇ ਤੇਰਾ ਘੱਟ ਹੀ ਰਹਿ ਜਾਣਾ ਇੱਕ ਕਵਰ ਤੂੰ ਇੱਧਰਲੇ ਪਾਸੇ ਬਣਾ ਲਾ ਅਤੇ ਇਹਨੂੰ ਬੰਦ ਕਰ ਲਾ ਇਹਦੀ ਕਵਰ ਬਣਾ ਲਾ ਮੈਂ ਕਿਹਾ ਵੀ ਨਹੀਂ ਹੁਣ ਬਹੁਤ ਬਣ ਗਿਆ ਸਹੀ ਗੱਲ ਆ ਵੀ ਕਿਚਨ ਦਾ ਸਮਾਨ ਹੀ ਆਪਣੇ ਘਰਾਂ 'ਚ ਬਹੁਤ ਜ਼ਿਆਦਾ ਹੁੰਦਾ ਆਪਾਂ ਨੂੰ ਜਨਾਨੀਆਂ ਨੂੰ ਜ਼ਿਆਦਾਤਰ ਰਹਿੰਦਾ ਆਹ ਚੀਜ਼ ਲੈ ਲਓ ਪਈਆਂ ਹੀ ਰਹਿੰਦੀਆਂ ਨੇ ਆਪਾਂ ਮੇਨ ਹੀ ਚੀਜ਼ ਵਰਤਦੇ ਹਾਂ ਬਸ ਜਿਹੜੇ ਰੋਜ਼ ਆਪਾਂ ਰੂਟੀਨ ਦਾ ਖਾਣਾ ਹੁਣ ਜਿੰਨੇ ਇਹਦੇ 'ਚ ਤੁਸੀਂ ਬਰਤਨ ਦੇਖ ਰਹੇ ਹੋਵੋਗੇ ਇਹ 'ਚੋਂ ਅੱਧੇ ਤੋਂ ਜ਼ਿਆਦਾ ਇਹੋ ਜਿਹੇ ਨੇ ਜਿਹੜੇ ਅਸੀਂ ਬਹੁਤ ਜ਼ਿਆਦਾ ਘੱਟ ਵਰਤੀਦੇ ਆ ਅਤੇ ਆਹ ਜਿਹੜੇ ਤੁਸੀਂ ਕੱਪ ਦੇਖ ਰਹੇ ਹੋ ਕਾਫੀ ਕਲਰ ਦੇ ਮੈਨੂੰ ਦੇ ਮੰਮੀ ਨੂੰ ਬਹੁਤ ਪਸੰਦ ਆ ਬਸ ਅਸੀਂ ਸਜਾ ਕੇ ਰੱਖੇ ਹੋਏ ਸਜਾਵਟ ਲਈ ਲਿਆ ਕੇ ਰੱਖੇ ਹੋਏ ਨੇ ਮੈਂ ਅਤੇ ਬਾਕੀ ਨੋਰਮਲ ਆਹ ਵੱਡੇ ਕੱਪ ਸੀਗੇ ਉਹ ਜਦੋਂ ਦੀਦੀ ਹੋਣਾ ਨੇ ਆਉਣਾ ਸੀ ਉਦੋਂ ਲੈ ਕੇ ਆਉਂਦੇ ਸੀ ਕਿਉਂਕਿ ਦੀਦੀ ਹੋਣੀ ਥੋੜ੍ਹਾ ਜਿਹਾ ਦੁੱਧ ਚਾਹ ਵਗੈਰਾ ਕਿਉਂਕਿ 1-2 ਟਾਈਮ ਹੀ ਪੀਂਦੇ ਨੇ ਨਾ ਉਹ ਥੋੜ੍ਹੀ ਜਿਹੀ ਫਿਰ ਜ਼ਿਆਦਾ ਪੀਂਦੇ ਨੇ ਰੋਟੀ ਰੋਟੀ ਨਾਲ ਇਸ ਕਰਕੇ ਉਹਨਾਂ ਲਈ ਲਿਆਉਂਦੇ ਸੀ ਇੱਕ ਕੱਪ ਸ਼ਰਨ ਤੋਂ ਡਿੱਗ ਕੇ ਟੁੱਟ ਗਿਆ ਸੀਗਾ ਉਹਦੀ ਡੰਡੀ ਨਿਕਲ ਗਈ ਸੀ ਵਿੱਚੋਂ ਅਤੇ 2 ਗਲੀਆਂ ਹੋ ਗਈਆਂ ਸੀ ਉਹਦੇ ਵਿੱਚ ਅਤੇ ਬਾਕੀ ਦੀ ਬਸ ਆਹੀ ਸਮਾਨ ਹੁੰਦਾ ਆਪਣੇ ਸਾਰੇ ਘਰਾਂ ਦੇ ਵਿੱਚ ਅਤੇ ਉੱਪਰ ਛੋਟਾ ਗੀਜ਼ਰ ਲੱਗਿਆ ਹੋਇਆ ਜਿੱਦਾਂ ਕਿ ਹੁਣ ਆਪਾਂ ਨੂੰ
ਪਾਣੀ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਸਰਦੀਆਂ ਵਿੱਚ ਠੰਡੇ ਵਾਲੇ ਨਹੀਂ ਜਲਦੀ ਆਪਣੇ ਉਹ ਹੁੰਦੇ ਹੈਗੇ, ਕਈ ਵਾਰੀ ਅਸੀਂ ਆਪਣਾ ਦੋ ਤਿੰਨ ਵਾਰੀ ਇਹਨੂੰ ਗਰਮ ਕਰਕੇ, ਜੇ ਬਾਹਰਲੇ ਵਾਸ਼ਰੂਮ 'ਚ ਨਹਾਉਣ ਜਾਣਾ ਹੋਵੇ ਅੰਦਰ ਸਫਾਈ ਹੋਈ ਹੋਵੇ ਤਾਂ ਦੋ ਤਿੰਨ ਵਾਰੀ ਗਰਮ ਕਰਕੇ ਇਹਨੂੰ ਆਪਣਾ ਅਸੀਂ ਬਾਲਟੀ 'ਚ ਪਾ ਕੇ ਉੱਧਰ ਵੀ ਲੈ ਜਾਂਦੇ ਹਾਂ, ਇਹਦੀ ਬਹੁਤ ਜ਼ਿਆਦਾ ਮੌਜ ਹੈ। ਅਤੇ ਇਹ ਜੀ ਆਪਣੀ ਫਰਿੱਜ ਆ, ਫਰਿੱਜ ਦੇ ਵਿੱਚ ਤਾਂ ਆਪਣੇ ਕੀ ਹੁੰਦਾ ਜੱਟਾਂ ਦੇ ਦੁੱਧ ਵਗੈਰਾ ਦਾਲਾਂ ਸਬਜ਼ੀਆਂ ਬਚੀਆਂ ਹੋਈਆਂ ਆਪਾਂ ਰੱਖ ਦਿੰਦੇ ਹਾਂ, ਅਤੇ ਬਾਕੀ ਆਪਣਾ ਸਮਾਨ ਬਣਾਉਣ ਕਰਕੇ ਸੌਸ ਵਗੈਰਾ ਇੱਦਾਂ ਦੀਆਂ ਚੀਜ਼ਾਂ ਸਭ ਕੁਛ ਪਿਆ ਇਹਦੇ ਵਿੱਚ, ਅਤੇ ਦੁੱਧ ਦੱਧ ਪਿਆ, ਅਤੇ ਕਿਉਂਕਿ ਫਰੂਟ ਸਰਦੀਆਂ ਦੇ ਵਿੱਚ ਆਪਣੇ ਬਾਹਰ ਹੀ ਹੁੰਦੇ ਨੇ। ਅਤੇ ਹੁਣ ਆਪਾਂ ਜੀ ਤੁਹਾਨੂੰ ਦੂਜੀ ਕਿਚਨ ਦਿਖਾਉਂਦੇ ਹਾਂ, ਉਹ ਵੈਸੇ ਛੋਟੀ ਬਣਾਈ ਹੋਈ ਹੈ ਐਮਰਜੈਂਸੀ ਲਈ, ਅਤੇ ਕਿਚਨੇ ਕਿਚਨਾਂ ਨੇ ਸਾਡੇ ਘਰ 'ਚ, ਪੰਜ ਕਿਚਨਾਂ ਨੇ ਉੱਪਰ ਤੋਂ ਲੈ ਕੇ ਨੀਚੇ ਵਾਲੀਆਂ ਕਿਚਨਾਂ ਤੱਕ। ਅਜੇ ਚਾਚੀ ਵੀ ਕਹਿੰਦੀ ਸੀ ਮੈਂ ਬੈਕ ਸਾਈਡ 'ਤੇ ਮੈਂ ਵੀ ਸ਼ੈਲਫ ਬਣਾਉਣੀ ਆ, ਕਹਿੰਦੇ ਮੈਂ ਦਾਲ ਸਾਗ ਉੱਤੇ ਰੱਖਿਆ ਹੋਇਆ ਕਰਨੀ ਆ, ਪਤਾ ਨਹੀਂ ਫਿਰ ਕਹਿੰਦੇ ਲੈ ਮੈਂ ਤਾਂ ਘੁੰਮਦੀ ਥੱਕ ਜਾ ਕਰੂੰਗੀ, ਇਸ ਕਰਕੇ ਫਿਰ ਉਹਨਾਂ ਨੇ ਵਾਧੇ ਕਰਤੀ। ਅਤੇ ਹੁਣ ਆਪਾਂ ਚਲੋ ਤੁਹਾਨੂੰ ਅੱਗੇ ਦਿਖਾਉਂਦੇ ਹਾਂ।